ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੈਰੋਂ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਸਤਨਾਮ ਸਿੰਘ ਦੇ ਕੋਲ ਪਹੁੰਚੇ ਹਾਂ। ਦੋਸਤੋ, ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈ, ਪਸ਼ੂ ਵਪਾਰ ਦਾ ਕੰਮ, ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਆ ਰੂਟੀਨ ਦੇ ਵਿੱਚ, ਅਤੇ ਰੇਟ ਪੜਤੇ ਵੀ ਜਿਹੜੇ ਦੋਸਤੋ ਬਿਲਕੁਲ ਜਾਇਜ਼ ਜੈਨੂਅਨ ਰੇਟ ਭਾਅ ਪੜਤਾ ਹੁੰਦਾ। ਅੱਜ ਟੋਟਲ ਜਿਹੜੇ ਆ ਦੋਸਤੋ ਨਗ ਤੁਹਾਨੂੰ 8 ਦਿਖਾਉਣੇ ਆ। ਇੱਕ ਝੋਟੀ ਬੋਰੀ ਨੀਲੀ ਦੇ ਵਿੱਚ, ਬੂਰੀ ਝੋਟੀ ਆ ਦੋਸਤੋ, ਤੋਕੜ ਗੱਬਣ, ਇਹ ਝੋਟੀ ਦਿਖਾ ਦਾਂਗੇ। ਅਤੇ ਚਾਰ ਵਹਿੜਾਂ ਤੁਹਾਨੂੰ ਦਿਖਾਉਣੀਆਂ, ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ, ਅਤੇ ਦੋ ਵਹਿੜਾਂ ਜਿਹੜੀਆਂ ਦੋਸਤੋ ਗੱਬਣ ਵੀ ਹੈਗੀਆਂ, ਇੱਕ ਵਹਿੜ ਗੱਬਣ ਅਤੇ ਦੋ ਤੋਂ ਤਿੰਨ ਨਗ ਜਿਹੜੇ ਆ ਦੋਸਤੋ ਤੋਕੜ ਗੱਬਣ ਪਸ਼ੂ, ਅਤੇ ਬਾਕੀ ਚਾਰ ਬਿਲਕੁਲ ਵਹਿੜਾਂ ਜਿਹੜੀਆਂ ਤਾਜ਼ੀਆਂ ਸੂਈਆਂ ਸਵਾਈਆਂ ਨੇ। ਅੱਜ 16 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ, ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ। ਸੋ ਬਾਕੀ ਪਸ਼ੂ ਜਿੰਨੇ ਵੀ ਦਿਖਾਵਾਂਗੇ ਦੋਸਤੋ, ਨਰਕ ਪਰਕ ਤਸੱਲੀ ਆ, ਕੋਈ ਵੀਰ ਆਪਦੀ ਘਰ ਆਣ ਕੇ ਕਰ ਲਏ। ਗੱਬਣ ਪਸ਼ੂ ਆ ਤਾਂ ਤਿੱਪ ਕੇ ਚੌਥਾਨਾਂ ਦਾ, ਸੋਇਆ ਸੋਇਆ ਪਸ਼ੂ ਦੋ ਡੰਗ ਚੋਲੋ, ਤਿੰਨ ਟਾਈਮ ਚੋਲੋ, ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ। ਬਾਕੀ ਜਾਣਕਾਰੀ ਆਪਾਂ ਵੀਰ ਸਤਨਾਮ ਤੋਂ ਲੈ ਲੈਂਦੇ ਹਾਂ। ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਹਾਂ, ਚੜ੍ਹਦੀਆਂ ਕਲਾ ਕਿਰਪਾ ਮਹਾਰਾਜ ਜੀ। ਠੀਕ ਆ। ਅੱਛਾ ਵੀਰ ਸਤਨਾਮ, ਅੱਜ ਪਸ਼ੂ ਆਪਣੇ ਕੋਲ 8 ਨਾਗ ਨੇ ਟੋਟਲ। ਹਾਂਜੀ, 8 ਜੀ। 3 ਜਿਹੜੀਆਂ ਤੋਕੜ ਗੱਬਣ ਆ ਗਈਆਂ। ਹਾਂਜੀ। ਅਤੇ 4 ਸੂਈਆਂ ਤਾਜ਼ੀਆਂ। 4 ਸੂਈਆਂ ਅਤੇ ਮਤਲਬ ਇੱਕ ਗੱਬਣ ਤਿਆਰ। ਇੱਕ ਗੱਬਣ ਤਿਆਰ ਆ। ਹਾਂਜੀ, ਠੀਕ ਆ ਜੀ। ਲਓ ਦੋਸਤੋ, ਇਹ ਪਸ਼ੂ ਨੇ, ਅਤੇ ਇਕੱਲੇ ਇਕੱਲੇ ਨਗ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਅਤੇ ਬਾਈ ਸਤਨਾਮ, ਪਹਿਲੇ ਨੰਬਰ ਤੋਂ ਕਿਹੜੇ ਬੰਨੇ ਸਟਾਰਟ ਕਰਦੇ ਹਾਂ? ਇੱਥੋਂ ਕਰ ਲਈ ਗੱਬਣ ਗਾਉਂਦੇ ਆਪਾਂ, ਜਿਹੜੀ ਗੱਬਣ ਬਿਲਕੁਲ ਤਿਆਰੀ 'ਤੇ ਆ। ਹਾਂਜੀ, ਲਿਆਓ ਜੀ। ਸੋ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਕਰਦੇ ਹਾਂ। ਗੱਬਣ ਵੈੜ ਆ, ਤਿਆਰੀ 'ਤੇ ਆ ਪੂਰੀ। ਅਤੇ ਸੂਆ ਸਤਨਾਮ ਬਾਈ ਕਿੰਨਵਾਂ ਸੂਗੀ? ਤੀਜੇ ਸੂਏ ਸੁਣਾ ਜੀ। ਤੀਜਾ? ਹਾਂਜੀ, ਲਓ ਜੀ। 6000 ਕਰਾਸ ਜੀ। ਵਧੀਆ ਵਧੀਆ ਵਧੀਆ। ਲਓ ਜੀ, ਅਤੇ ਸੂਆ ਤੀਜਾ ਹੀ ਆ ਜੀ? ਬਿਲਕੁਲ ਤੀਜਾ ਜੀ। ਦੂਜਾ? ਤੀਜਾ ਤੀਜਾ ਤੀਜਾ। ਲਓ ਜੀ, ਤੀਜਾ ਸੂਆ ਦੋਸਤੋ, ਇੱਕ ਹਫ਼ਤਾ ਲੈ ਜੂਗਾ ਜੇ ਖਿੱਚ ਕੇ। ਹਾਂਜੀ, ਦਿਨ 5-7 ਲੈ ਜੀ। ਲਓ ਜੀ, 5-7 ਦਿਨ ਐਡੀਆਂ ਮੰਨ ਕੇ ਕੋਈ ਭਰਾ ਸੌਦਾ ਕਰ ਲਏ। ਬਾਕੀ ਕੱਦ ਪੂਰਾ ਵੱਡਾ ਦੋਸਤੋ, ਪੂਰੇ ਵਜਨ ਵਜੂਦ ਵਾਲੀ ਆ, ਹਾਈਟ ਕੱਦ ਬਹੁਤ ਜ਼ਿਆਦਾ ਸੋਹਣਾ। ਆਹ ਦੇਖੋ, ਵਜਨ ਵਜਨ ਬਹੁਤ ਆ। ਬੋਲ। ਹਾਂਜੀ, ਲਓ ਜੀ। ਸੋ ਤੀਜੇ ਸੂਬੇ ਦੇ ਵਿੱਚ ਆ ਦੋਸਤੋ, ਕੱਦ ਕਾਟ ਪੂਰਾ ਵੱਡਾ, ਪੂਰੀ ਵਜਨ ਵੀ ਪੂਰਾ ਫੁੱਲ ਆ ਜੀ, ਸੌਦਾ ਕਰੇ ਵੀ ਫੁੱਲ ਵੱਡੀ ਹਾਈਟ ਆ। ਬਾਕੀ ਬਣੂ ਬਣੂ ਕਰਨ ਵਾਲੀ ਬਹੁਤ ਚੰਗੀ, ਵੇਖੋ। ਠੀਕ ਆ ਜੀ। ਹਾਂਜੀ, ਬਾਕੀ ਠੰਡੀ ਠੁੰਡੀ ਵੀ ਚੰਗੀ? ਹਾਂ, ਠੰਡੀ ਠੰਡੀ ਕੋਈ ਗੱਲ ਨਹੀਂ। ਹਾਂ, ਤੁਹਾਨੂੰ ਪੂਰਾ ਮੱਝਾਂ ਲੱਗਿਆ ਜੀ? ਸਾਰੀ ਚੰਗੀ। ਚੰਗੀ ਆ ਬੈਠ, ਸਾਰੀ ਚੰਗੀ ਆ, ਵੱਡੇ ਕੱਦ ਵਜਨ ਵਾਲੀ ਆ ਦੋਸਤੋ। ਅਤੇ ਸਤਨਾਮ ਬਾਈ, ਕੀ ਕਰਾਂਗੇ ਡਿਮਾਂਡ ਦੀ? ਮੁੱਲ ਵੀਰ ਜੀ, ਜਿੱਡੀ ਵੱਡੀ ਉੱਡੀ ਉਹ ਸਾਰਾ ਭਾਵੇਂ 55 ਕਰ ਲਈਏ। ਆਹਾ, ਮੁੱਲ ਇਹਦਾ 42,000 ਰੁਪਇਆ। 40,000 ਦੀ ਦੇ ਦਾਂਗੇ। 40 ਦੀ ਲੈਣ ਦੇਣ? ਬਿਲਕੁਲ ਦੋਸਤੋ, ਬੋਲ ਨਹੀਂ ਆਪਾਂ ਵੱਧ ਕਰ ਰਹੇ। ਤੁਸੀਂ ਵੱਡੀ ਪੂਰੀ ਫੁੱਲ ਵੱਡੀ ਆ, ਫੁੱਲ ਵੱਡੀ ਆ, ਤੇ ਰੇਟ ਬਿਲਕੁਲ ਛੋਟਾ, ਠੀਕ ਆ, ਛੋਟੇ ਹਿਸਾਬ ਕਿਤਾਬ ਵਾਲੇ ਰੇਟ ਨੇ। 40,000 ਦੀ 18 ਕਿਲੋ ਭਰਨ ਵਾਲੀ ਆ ਕਰਨ ਵਾਲੀ। ਹਾਂ, ਠੀਕ ਆ ਜੀ। ਹਾਂ ਜੀ, ਅਗਲੀ ਆ ਗਈ ਸਤਨਾਮ ਬਾਈ, ਆਪਣੇ ਕੋਲ ਦੂਜੇ ਨੰਬਰ ਤੇ ਸੂਈ ਆ। ਹਾਂ ਜੀ, ਇਹ ਵੀ ਸੂਈ ਸਿੰਘ ਆ ਕਰਨ ਵਾਲੀ, ਦੂਜਾ ਸੂਈ ਰੈਡ ਸੂਈ, ਮਗਰ ਵੱਛੀ ਆ। ਹਾਂ ਜੀ, ਸੂਈ ਨੂੰ 5-6 ਦਿਨ ਹੋ ਗਿਆ ਜੀ। ਸੂਈ ਦੂਜੇ? ਹਾਏ। ਹਾਂ ਜੀ, 6 ਦਿਨਾਂ ਦੀ ਸੂਈ ਮਗਰ ਵੱਛੀ? ਹਾਂ ਜੀ, ਠੀਕ ਆ। ਕਿੰਨੇ ਕੁ ਦੁੱਧ ਤੇ ਆ ਗਈ? ਦੁੱਧ ਦੇ ਕੋਲ ਆਇਆ ਤਾਂ 15 ਤੋਂ ਪਲੱਸ ਹੋਊਗਾ। ਲਓ ਜੀ, 15 ਤੋਂ ਪਲੱਸ ਦੋਸਤੋ, ਹੁਣ ਦੁੱਧ ਬਿਲਕੁਲ ਹਾਜ਼ਰ ਆ। ਹਫ਼ਤੇ ਦੇ ਬਿਲਕੁਲ ਅੰਦਰ ਬਾਹਰ ਸਮਾਂ ਹੋ ਗਿਆ ਸੂਈ ਨੂੰ, ਮਗਰ ਵੱਛੀ ਆ, ਡੱਬੀ ਵੱਛੀ ਆ, HF ਬਰੀਡ ਦੇ ਵਿੱਚ। ਅਤੇ ਬਾਕੀ ਆਹ ਥਣ ਭਾਂਡਾ ਤੁਸੀਂ ਦੇਖ ਸਕਦੇ ਜੀ, ਦੁੱਧ ਹੁਣ ਕਿੰਨਾ ਕੁ 15 ਕਿਲੋ ਹੈਗਾ ਥੱਲੇ? 15 ਤੋਂ ਬਾਹਰ ਹੀ ਹੋਊ, 15 ਜਿੱਦਾਂ ਮਰਜ਼ੀ ਖੁਸ਼ ਹੋਈ ਹੋਈ ਹੋਊਗਾ 15 ਤੋਂ ਬਾਅਦ।
ਲਓ ਜੀ, ਸੋ 15 ਕਿਲੋ ਨੈੱਟ ਤੋਂ ਹਾਜ਼ਰ ਆ। ਹਾਂਜੀ, ਬਾਕੀ ਠੰਡੀ ਠੁੰਡੀ ਆ? ਠੰਡੀ ਵੀ ਸੀ ਬਹੁਤ ਜ਼ਿਆਦਾ। ਵੰਗਾ ਵੁੰਗਾ ਪਾ ਲੈਂਦੇ ਆ? ਉਹ ਆਪਣੀ ਸ਼ਰਧਾ ਭਾਵੇਂ ਪਾਈਏ ਭਾਵੇਂ ਨਾ ਪਾਈਏ, ਬਾਕੀ ਆਂਦੀ ਕੋਈ ਨਹੀਂ। ਨਾ ਸੀਲ ਵੇਖੋ ਤੁਹਾਡੇ ਸਾਹਮਣੇ ਆ, ਦੇਖੋ ਆਹ ਕਰੋ ਚੈੱਕ ਜੀ। ਨਾ ਬਾਕੀ ਚਵਾਈ ਚ ਵੀ ਐਨ ਬਰਾਬਰ ਆ, ਚੋਣ ਵਿੱਚ ਬਹੁਤ ਸੋਹਣੀ ਥਾਣ ਵੀ ਪੂਰਾ ਆਇਆ ਮੁੱਠੀ ਵਾਲਾ ਥਾਣ ਮਾਦਾ, ਮਤਲਬ ਇਹ ਵੀ ਛੋਟਾ ਪਸਮਾ ਪੂਰਾ ਆਇਆ ਮੁੱਠੀ ਵਾਲਾ ਥਾਣ ਹੈ ਜੀ। ਠੀਕ ਹੈ ਜੀ, ਹਾਂਜੀ ਠੀਕ ਆ। ਲਓ ਜੀ ਦੋਸਤੋ, ਇਹ ਵੈਣ ਬਿਲਕੁਲ ਤਾਜ਼ੀ ਸੂਈ ਸਵਾਈ ਆ, 5-7 ਦਿਨਾਂ ਦੀ ਵੱਛੀ ਮਗਰ ਆ, ਡੱਬੀ ਵੱਛੀ ਆ ਬਿਲਕੁਲ HF ਬਰੀਡ ਦੇ ਵਿੱਚ। ਅਤੇ ਸਤਨਾਮ ਭਾਈ ਕੀ ਕਰਦੇ ਆ ਲੈਣ ਦੇਣ ਦਾ? ਮਤਲਬ ਵੀਰ ਜੀ ਇਹਦਾ ਵੀ ਮਤਲਬ ਜਿੰਨਾ ਮਰਜ਼ੀ ਕਰੀਏ ਵੀ 40,000 ਦੀ ਵੱਛੀ ਦੇਦਾ। 40 ਦੀ? ਬਿਲਕੁਲ ਜੈਸਨੂ ਵਾਲਾ ਕੰਮ। ਠੀਕ ਹੈ ਜੀ, ਹਾਂਜੀ ਜਾਰੀ ਦੋਸਤੋ, ਬਿਲਕੁਲ ਛੋਟੇ ਛੋਟੇ ਜਾਇਜ਼ ਜਾਇਜ਼ ਰੇਟ ਆ। ਹਾਂਜੀ 40,000 ਦੇ ਵਿੱਚ ਇਹ ਤੁਹਾਨੂੰ ਜਿਹੜੀ ਵੈਡ ਮਿਲ ਜੂਗੀ ਪੂਰੀ ਫੁੱਲ ਵੱਡੀ ਕਰਮਾ। ਅਤੇ ਬਾਕੀ ਆ ਮੈਲੇ ਮੂਲੇ ਮਤਲਬ ਤਾਂ ਚੱਲੀ ਹੈ ਨਾ? ਹਾਂਜੀ, ਹਾਫ ਮੈਲਾ ਤਾਂ ਉਹ ਮਤਲਬ ਕੱਚਾ ਜਿਹਾ ਮੈਲਾ ਹੀ ਮਾਰਨੀ, ਲਊ ਲੂ ਜਿਹਾ ਲਊ ਜੀ, ਦੂਜਾ ਮੈਲਾ ਤਾਂ ਮਾਰੂ ਵਾਲੇ ਸਮੇਂ ਥੋੜ੍ਹੇ ਥੋੜ੍ਹੇ। ਠੀਕ ਆ ਠੀਕ, ਹਾਂਜੀ ਲਓ ਜੀ। ਅਗਲੀ ਆਪਣੇ ਕੋਲ ਭਾਈ ਸਤਨਾਮ, ਜਿਹੜੀ ਆਹ ਵੈਡ ਆ, ਇਹ ਆਪਣੇ ਤੀਜਾ ਸੂਆ ਜੀ। ਤੀਜਾ? ਇਹ ਵਿੱਚ 2 ਮਹੀਨੇ ਗੱਭਣ ਆ। ਅੱਛਾ ਜੀ, ਗੱਭਣ ਤੋਕੜਾ ਦੁੱਧ ਵੀ ਹੈਗਾ? 13 ਕਿਲੋ ਦੁੱਧ ਜੀ ਅਸਲ। ਦੋ ਚੈੱਕ ਪਾਸ ਹੈ ਗੱਭਣ ਦੋ? ਉਹ ਕੋਈ ਭੈਣ ਭਰਾ ਜੇ ਕੋਈ ਸੌਦਾ ਬਣੂਗੀ ਨਾ, ਉਹਦੀ ਚੈੱਕ ਤਸੱਲੀ ਕਰਾ ਸਕਦਾ। ਠੀਕ ਹੈ ਜੀ, ਹਾਂਜੀ ਲਓ ਦੋਸਤੋ, 2 ਮੰਥ ਦੀ ਅੱਗੇ ਗੱਭਣ ਚੈੱਕ ਪਾਸ ਵੀ ਆ, ਚੰਗੀ ਅੱਗੋਂ ਆਪਦੇ ਹੱਥੀਂ ਦਾ ਕਰਵਾਈ ਆ, ਪਰ ਕੋਈ ਖਰੀਦਦਾਰ ਜਿਹੜਾ ਵੀਰ ਖਰੀਦਣ ਆ ਰਿਹਾ ਉਹ ਤੁਸੀਂ ਆਪਦੀ ਵੀ ਆਪਣੇ ਹੱਥੀਂ ਚੈੱਕ ਕਰਾ ਸਕਦੇ ਜੇ ਸਾਈ ਬਿਆਨਾ ਕਰਕੇ। ਅਤੇ ਸਤਨਾਮ ਭਾਈ ਦੁੱਧ ਹੁਣ ਕਿੰਨਾ ਚਵਾ ਦਾਂਗੇ? 13 ਕਿਲੋ ਵੀਰ ਜੀ, ਪੱਕਾ ਦੁੱਧ ਆ। 13? ਹਾਂਜੀ, ਦੁੱਧ ਗਾਂ ਦੇ ਨਹੀਂ, 24-25 ਕਿਲੋ ਜੀ ਆਪਣੇ ਕੋਲ ਡੇਟਾ ਕਰਾਂਗੀ ਨਾ। ਹਾਂ, ਦੁੱਧ ਹੋਰ 200 ਬਾਜੂ ਹਲੇ ਰਾਤੀ ਆਈ ਹੈ ਜੀ। ਲਓ ਜੀ, ਹਾਂਜੀ ਸੋ 13 ਕਿਲੋ ਦੁੱਧ ਆ ਦੋਸਤੋ, 2 ਮੰਥ ਦੀ ਚੈੱਕ ਪਾਸ ਆ, ਕੋਈ ਵੀ ਰਾਵੇ ਆਪਦਾ ਚਵਾਈ ਕਰਕੇ ਤੁਸੀਂ ਦੁੱਧ ਤਸੱਲੀ ਕਰ ਸਕਦੇ ਜੀ, ਸਾਈ ਬਿਆਨਾ ਕਰਕੇ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਜਿਹੜਾ ਚੈੱਕ ਪਾਸ। ਬਾਕੀ ਚੋਣ ਚਾਣ ਬਹੁਤ ਸੋਹਣੀ। ਠੀਕ ਆ ਜੀ, ਹੈਂਡ ਇਸੇ ਤਰ੍ਹਾਂ ਥਾਪੀ ਥੂਪੀ ਤੇ ਗੱਲਬਾਤ ਨਹੀਂ, ਠੀਕ ਬਹੁਤ ਆ। 13 ਕਿਲੋ ਹੋਊਗਾ ਨਟ? ਬਿਲਕੁਲ ਪੱਕਾ ਦੁੱਧ ਜਿਹੜਾ ਚਵਾ ਕੇ ਦੇਣਾ ਵਾ। ਠੀਕ ਆ, ਅਤੇ ਭਾਈ ਇਹ ਕਿੱਥੋਂ ਤੱਕ ਸਤਨਾਮ ਦੇ ਦੇਣੀ ਫਿਰ? ਮੁਲਵੀ ਜੀ ਭਾਵੇਂ ਦਾ ਵੀ 30-32 ਕਰੀਏ, 28,000 ਦੀ ਦੇ ਦਾਂ। 28 ਦੀ? ਹਾਂਜੀ ਠੀਕ ਆ ਜੀ, ਹੋਰ ਸ਼ੋਰ ਸ਼ੋਰ ਕਰਦੇ ਹਾਂ। ਵੈਸੇ ਆਪਣੇ ਹੱਥੀਂ ਦਾ ਚੈੱਕ ਤੁਸੀਂ ਕਰਵਾਈ ਹੈ? ਹਾਂਜੀ ਹਾਂਜੀ, ਉਹੀ ਉਹ ਕੋਈ ਨਹੀਂ, ਜੇ ਕੋਈ ਭੈਣ ਭਰਾ ਮਤਲਬ ਆਪਣੇ ਗਰੰਟੀ ਲਓ, ਗਰੰਟੀ ਦੇ ਦਾਂਗੇ, ਅਤੇ ਜੇ ਕਿਹਨੇ ਕਰਵਾਉਣੀ ਉਹਦੇ ਆਪਦਾ ਡਾਕਟਰ ਆਪਾਂ ਸਾਦਾਂਗੇ, ਤਸੱਲੀ ਕਰਵਾ ਚੈੱਕ ਆਪਦੀ ਕਰਵਾ ਵੀ, ਹਾਂ ਆਪਾਂ ਨੂੰ ਕੋਈ ਤਰਾਜ ਨਹੀਂ। ਲਓ ਜੀ, ਹਾਂਜੀ, ਅਤੇ ਅਗਲੀ ਆਪਣੇ ਕੋਲ ਆ ਗਈ 4th ਨੰਬਰ 'ਤੇ। ਹਾਂਜੀ, ਇਹ ਵੀਰ ਜੀ ਤਾਜ਼ੀ ਸੂਈ ਜੀ, ਇਹਨੂੰ ਸੂਈ ਹੋ ਗਈ 4 ਦਿਨ। ਅੱਛਾ, ਲੜੂ ਜੀ ਨਾਲ ਜੀ ਬੱਚੇ ਦਾ? ਅੱਛਾ, ਵੇਖੋ ਹਜੇ ਤੂੰ ਤਾਂ ਮਰਨੀ ਕਚਲੂ ਕਚਲੂ ਜਾ। 4 ਦਿਨਾਂ ਦੀ ਸੂਈ ਬੱਚਾ ਮਰ ਗਿਆ ਨਾ? ਆਹੋ, ਇਹਦਾ ਬੱਚਾ ਮਰ ਗਿਆ, ਹੁਣੇ ਮਰਿਆ 10-20 ਮਿੰਟ ਹੋਏ। ਠੀਕ ਹੈ ਜੀ, ਸੋ ਦੋਸਤੋ ਬੱਚਾ ਅੱਜ ਮਰ ਗਿਆ। ਠੀਕ ਹੈ ਜੀ, ਸਮਾਂ ਕੁਛ ਵੀ ਹੋਇਆ ਹੋਵੇ, ਘੰਟਾ, ਅੱਧਾ ਘੰਟਾ, 20 ਮਿੰਟ ਹੈਗੀ, ਉਹ ਤਾਂ ਸੀਲ ਠੰਡੀ ਬੜੀ, ਇਹਨੂੰ ਭਾਵੇਂ ਮੰਗਾ ਵਾ ਕੇ ਜੋ ਉਹਦਾ ਚੋਲੀ। ਹਾਂ, ਪਹਿਲਾਂ ਨਹੀਂ ਸੂਈ ਆ? ਨਾ, ਦੂਜਾ। ਦੂਜਾ ਦੁੱਧ ਹੋਊਗਾ ਤਾਂ ਥੱਲੇ ਕਿੰਨਾ ਦੱਸ ਕੇ ਦੱਸਿਆ? ਇਹਦੇ ਕੋਲ 11 ਕਿਲੋ ਦੁੱਧ ਪੱਕਾ ਜੀ, ਜਿਹੜਾ ਮਤਲਬ ਚੋ ਲੈਣਾ ਉਦਾਂ ਵਿਖਾਵਾ ਪਾਰਾ 13 ਕਿਲੋ ਦਾ ਵਾ। ਹਾਂਜੀ ਲਓ ਵੀ ਭਰਾਵੋ। ਠੀਕ ਆ ਜੀ, ਬੱਚਾ ਮਰ ਗਿਆ, ਬਾਕੀ ਤੁਹਾਨੂੰ ਡਿਟੇਲ ਜਿਹੜੀ ਆ ਦੋਸਤੋ ਪੂਰੀ ਮਿਲ ਗਈ ਆ। ਦੂਜਾ ਸੂਆ ਅਤੇ 11 ਲੀਟਰ ਦੁੱਧ ਬਿਲਕੁਲ ਹਾਜ਼ਰ, ਬਾਕੀ ਥਣ ਥੂਣ ਲੇਵਾ ਪੂਰਾ ਸਾਫ਼ ਆ, ਥਣ ਵੀ ਪੂਰਾ ਮੁੱਠੀ ਆ, ਹੱਥੀ ਚਵਾਈ ਦਾ ਥਣ ਆਹ ਕਰੋ ਸ਼ਾਹੀਵਾਲ ਕਰੋਸ ਜੀ ਆ। ਠੀਕ ਆ ਜੀ, ਸੋ ਹੈ ਕਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ, ਅਤੇ ਥੋੜ੍ਹਾ ਬਹੁਤਾ ਤੁਸੀਂ ਕੋਈ ਜਰਸੀ HF ਦਾ ਵੀ ਚਾਹੇ ਕਰੋਸ ਮੰਨ ਸਕਦੇ ਜੀ। ਥਣ ਥੂਣ ਪੂਰਾ ਟੌਰੀ ਆ, ਪੂਰਾ ਸੀਲ ਵੀ ਬੜੀ, ਕੋਈ ਨਹੀਂ ਇਹਨੂੰ ਪ੍ਰਵਾਹ ਭਾਵੇਂ ਮੰਗਾ ਭਾਈ ਤਾਂ ਇੱਦਾਂ ਚਲੋ। ਹਾਂ ਹਾਂ ਹਾਂ, ਲੈ ਬਣਦੀ ਬੁਣਦੀ ਬਹੁਤ ਜ਼ਿਆਦਾ। ਠੀਕ ਆ ਜੀ, ਇਹ ਕਿੱਥੋਂ ਤੱਕ ਦੇ ਦੇਣੀ ਫਿਰ? ਮੁੱਲ ਵੀ ਜੀ ਉਹ ਚਲੋ ਬੱਚਾ ਮਰ ਗਿਆ, ਵੱਛੀ ਤਾਂ 35,000 ਦੀ, ਹਾਂ 30 ਦੀ ਦੇ ਦਾਂਗੇ ਆਪਾਂ। 30,000 ਦੀ? ਹਾਂ ਠੀਕ ਆ, ਹਾਂਜੀ ਲਓ ਜੀ 30,000 ਦੀ ਇਹ ਹੋ ਜੂਗੀ ਦੋਸਤੋ, ਡਿਮਾਂਡ ਚਾਹੇ ਜਿੰਨੀ ਆ, 35 ਆ 36 ਆ, ਲੈਣ ਦੇਣ 30,000। ਹਾਂਜੀ, ਅਤੇ ਬੱਚਾ ਮਰ ਗਿਆ ਇੱਕ ਵਾਰੀ ਫਿਰ ਆਪਾਂ ਕਨਫਰਮ ਕਰ ਦਿੰਦੇ ਹਾਂ, 11 ਲੀਟਰ ਕੋਈ ਵੀਰ ਚੋ ਕੇ ਆਪਦੀ ਤਸੱਲੀ ਨਾੜੂ ਜਾ ਬਿਲਕੁਲ ਨਾਲ ਇਹ ਬੱਚਾ ਤੁਹਾਨੂੰ ਦਿਖਾ ਦਿੰਦੇ ਹਾਂ, ਨਾੜੂ ਬੱਚੇ ਦੇ ਨਾਲ ਸੀਗਾ ਜੋ ਰਿਐਲਿਟੀ ਹੈਗੀ ਹੈ ਦੋਸਤੋ। ਠੰਡ ਜੀ ਨਾਲ ਨਾ ਬੱਚੇ ਦੇ ਬਹੁਤ ਵਧੀ, ਆ ਠੰਡ ਨਿੱਕੇ ਬੱਚੇ ਨੂੰ ਪੈਂਦੀ ਬਹੁਤ ਕੁੜੇ, ਠੰਡ ਲੈ ਗਈ ਹੈ ਹਾਲੇ, ਬਥੇਰਾ ਸਾਹ ਸੁਣ ਕੇ ਰੱਖੀ ਦੇ ਪਰ ਔਖਾ ਹੋ ਜਾਂਦਾ।
ਤੇ ਅੱਗੇ ਸਦਨਾ ਬਾਈ ਆ ਪੰਜਵੇਂ ਨੰਬਰ ਤੇ ਆ ਇਹ ਦੂਜੇ ਸੂਈ ਜੀ ਦੂਜਾ ਸੂਗਾ ਇਹਨੂੰ ਸੂਈ ਨੂੰ 8 9 ਦਿਨ ਹੋ ਗਏ ਤੇ ਮਗਰ ਵੱਛੀ ਜੀ 8 9 ਦਿਨਾਂ ਦੀ ਸੂਈ ਆ ਮਗਰ ਵੱਛੀ ਆ ਹਾਂਜੀ ਸੀਲ ਸਲਾ ਕੇ ਵੀ ਚੰਗੀ ਆ ਇਹਦੇ ਕੋਲ 11 ਕਿਲੋ ਤੋਂ ਪੱਕਾ ਉਕੰਡੇ ਵਾਲਾ ਠੀਕ ਆ ਜੀ ਮਗਰ ਇਹਦੇ ਵੱਛੀ ਹਾਂਜੀ ਲਓ ਜੀ ਇਹਦੇ ਮਗਰ ਵੀ ਵੱਛੀ ਆ ਦੂਜਾ ਸੂਆ ਜੀ ਨਾ ਦੂਜਾ ਖਾਸ ਜੀ ਲਓ ਜੀ ਦੂਜਾ ਸੂਆ ਦੋਸਤੋ ਬਾਕੀ ਥਾਣ ਥੂਣੇ ਦਾ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਚਾਰ ਥਾਣ ਆ ਇੱਕ ਮਗਰਲੇ ਥਾਂ ਦਾ ਬੱਚਾ ਹੀ ਲੱਗਾ ਨਾ ਲੱਗਾ ਉਹ ਪਰ ਵਗਦਾ ਵਗਦਾ ਨਹੀਂ ਠੀਕ ਆ ਅਜੇ ਬਹੁਤਾ ਕੱਢੀਏ ਫਿਰ ਭਾਵੇਂ ਕਦੀ ਧਾਰ ਨਹੀਂ ਉੱਦਾਂ ਨਹੀਂ ਹਾਂ ਦੁੱਧ ਨੈੱਟ 10 ਹੈ 11 ਕਿਲੋ ਜੀ ਪੱਕਾ ਜਿਹੜਾ ਹੈਗਾ ਸੀਲ ਬੜੀ ਭਾਵੇਂ ਨੂੰ ਮੰਗਾ ਪਾ ਲਈ ਭਾਵੇਂ ਨਾ ਇੱਦਾਂ ਫਿਰ ਆ ਲਓ ਜੀ ਸੋ ਦੋਸਤੋ ਮਗਰ ਆ ਤੁਸੀਂ ਵੇਖ ਸਕਦੇ ਉਲਟ ਬਹਿਣੀ ਲਏ ਮਗਰਲੇ ਥਾਂ ਦੇ ਨਾਲ ਥੋੜ੍ਹਾ ਜਿਹਾ ਬੱਚਾ ਲੱਗਾ ਸਰੂ ਨਹੀਂ ਹੈਗਾ ਚਾਰ ਥਾਂ ਉਹ ਵੱਖਰਾ ਲੱਗਾ ਕੋਈ ਵਗਦਾ ਨਹੀਂ ਗਾ ਕੋਈ ਗੱਲਬਾਤ ਨਹੀਂ ਗੀ ਅਤੇ ਚੰਗੀ ਤਸੱਲੀ ਨਾਲ ਤੁਸੀਂ ਵੇਖ ਸਕਦੇ ਜੇ ਮਗਰ ਵੱਛੀ ਆ ਫੀਮੇਲ ਕਾਫ ਹਾਂਜੀ ਠੀਕ ਆ ਜੀ ਅਤੇ ਇਹ ਸਤਨਾਮ ਫਿਰ ਕਿੱਥੋਂ ਤੱਕ ਮੁੱਲ ਵੀ ਜੀ ਭਾਵੇਂ 28-30 ਕਰੀ ਜਾਈਏ ਆਹ ਇਹ ਵੀ ਦੇ ਦਾਂਗੇ 25,000 ਦੀ 25 ਦੀ ਹਾਂਜੀ ਨਿੱਕੇ ਨਿੱਕੇ ਮੁੱਲ ਪਾਉਣੇ ਆਪਾਂ ਤੋਕੜਾਂ ਲਈ ਠੀਕ ਆ ਜੀ ਦੁੱਧ ਨੇ 12-13 ਕਿਲੋ ਭਰੀ ਜਾਣਾ ਆਰਾਮ ਨਾਲ ਲਓ ਦੋਸਤੋ ਸੱਜਰ ਵੈੜਾ ਨੇ ਤੋਕੜਾਂ ਵਾਲਾ ਮੁੱਲ ਆ ਠੀਕ ਆ ਜੀ 25,000 ਦੇ ਵਿੱਚ ਤੁਹਾਨੂੰ ਮਿਲ ਜੂਗੀ ਥਣ ਥੁਣ ਬਹੁਤ ਵਧੀਆ ਪਤਲੇ ਜਿਹੇ ਥਣ ਨੇ ਵਿੱਥ ਵੁੱਥ ਚੰਗੀ ਆ ਥਣਾਂ ਦੀ ਆਪਸੀ ਉਹਦਾ ਇਹ ਮਤਲਬ ਪਸਮਾ ਕੇ ਨਹੀਂ ਥਣ ਬੜਾ ਬਣਾਉਂਦੀ ਆ ਆਹ ਵੇਖੋ ਇਹ ਆਹ ਕਰੋ ਚਾਹ ਥਣ ਪਸਮਾ ਕੇ ਪੂਰਾ ਮੁੱਠੀ ਵਾਲਾ ਥਣ ਬਣਾਉਂਦੀ ਠੀਕ ਹੈ ਜੀ ਠੀਕ ਹੈ ਹਾਂਜੀ ਅਗਲੇ ਆਹ 6ਵੇਂ ਨੰਬਰ ਤੇ ਆ ਗਈ ਆਪਣੇ ਕੋਲ ਇਹ ਵੀ ਦੂਜੇ ਸੂਈ ਆ ਜੀ ਦੂਜਾ ਸੂਬਾ ਜੀ ਇਹਦੇ ਮਗਰਾ ਵਛੀ ਨੂੰ 5 ਦਿਨਾਂ ਨੜੂ ਜਾਂ ਨਾਲ ਜੀ ਅੱਜ ਪੰਜਾਂ ਦਿਨਾਂ ਦੀ ਹਾਂਜੀ ਮਗਰ ਵਛੀ ਹੈ ਹਾਂਜੀ ਲਓ ਜੀ ਮਗਰ ਵਛੀ ਦੋਸਤੋ ਇਹਦੇ ਵੀ 5ਵੇਂ ਨੰਬਰ ਤੇ ਆ 6ਵੇਂ ਨੰਬਰ ਤੇ ਸੌਰੀ ਤੇ ਦੂਜਾ ਸੂਬਾ ਸੂਈ ਹੈ ਤੇ ਦਿਨ ਇਹਨੂੰ ਵੀ 5 ਕੀ ਹੋਏ ਆ ਹਫ਼ਤੇ ਦੇ ਬਿਲਕੁਲ ਅੰਦਰ ਬਾਰ ਹੀ ਸਮਾਂ ਹੋਇਆ ਸੂਈ ਨੂੰ ਹਾਂਜੀ ਤੇ ਆਪ ਦੋਸਤੋ ਵੈੜ ਤੁਸੀਂ ਵੇਸਾ ਥੋੜ੍ਹਾ ਪਤਾ ਕਰਾਓ ਸਾ ਵੱਛੀ ਮਗਰ ਜਿਹੜੀ ਆ ਐਚ ਐਫ ਦੇ ਵਿੱਚ ਆ ਥੋੜ੍ਹੀ ਲੱਸੀ ਆ ਕਿ ਸਾਂਭੀ ਨਹੀਂ ਵਿਚਾਰੀ ਚਾਰੋ ਚੂਰੂ ਬੜੀ ਹੁੰਦਾ ਦੁੱਧ ਬਾਈ ਸਤਨਾ ਹੁਣ 5-6 ਦਿਨ ਬੋਲੇ ਤੋਂ ਬਾਹਰ ਕਿੰਨੇ ਕਿਤੇ ਆ 10 ਕਿਲੋ ਹੀ ਹੋਊਗਾ 9 ਦੀ ਗਰੰਟੀ ਹੋਊਗਾ 10 ਹੀ ਪਿਲੀ ਗੱਲ ਅੱਛਾ 9 ਹੋਊਗਾ ਪੱਕਾ ਕਨਫਰਮ 9 ਤੋਂ ਬਾਹਰ ਹੀ ਹੋਊਗਾ ਜੀ ਦੁੱਧ ਦੇ ਵਧਣ ਵਾਲੀ ਆ ਜਿਹੜੀ ਰੰਗ ਨੇ ਢਿੱਡ ਢੁੱਡ ਭਰ ਕੇ ਵੱਜ ਜਾਣਾ ਹੋਰ ਦੋਸਤੋ ਬਾਕੀ ਬਿਲਕੁਲ ਸੂ ਸਵਾਹ ਦੇ ਵਿੱਚ ਪਸ਼ੂ ਆ ਕੋਈ 5-7 ਦਿਨਾਂ ਦੇ ਵਿੱਚ ਆਪਾਂ ਨੋਰਮਲੀ ਦੇਖਦੇ ਹਾਂ ਪਸ਼ੂ ਸਿੱਧੇ ਸੁੱਧੇ ਹੋਣ ਦੇ ਵਿੱਚ ਕੋਈ ਥੋੜ੍ਹੀ ਇੱਕ ਸਮੀ ਕਰ ਇੱਕ ਬੱਚਾ ਵਾ ਪਲਿਆ ਤਕੜੀ ਥਾਣ ਥੁਣ ਬਹੁਤ ਬਰੋਲੀ ਚੋਣ ਇਹ ਵੀ ਇੱਕ ਨੰਬਰ ਦੀ ਨਿੱਗਰ ਚ ਦੇਖੋ ਸੋ ਥਾਣ ਥੁਣ ਵੀ ਸੋਹਣਾ ਕੁਆਲਿਟੀ ਵਾਲਾ ਹੀ ਆ ਜੀ ਪਸਮਾ ਕੇ ਬਹੁਤ ਸੋਹਣਾ ਲਓ ਜੀ ਸੋ ਹੱਥੀ ਚਵਾਈ ਲਾ ਦੋਸਤੋ ਥਾਣਾ ਕੋਈ ਵੀਰੇ ਦੂਰੋਂ ਨੇੜਿਓਂ ਆ ਰਿਹਾ ਤੇ ਤੁਸੀਂ ਜ਼ਰੂਰ ਆਈਡੀਆ ਰੱਖ ਕੇ ਆ ਸਕਦੇ ਜੀ ਹੱਥੀ ਚਵਾਈ ਵਾਲਾ ਥਾਣਾ ਇਹ ਕਿੱਥੋਂ ਤੱਕ ਬਾਈ ਸਤਨਾਮ ਦੇਣੀ ਇਹ ਵੀ ਮੁੱਲ ਜਿੰਨਾ ਮਰਜ਼ੀ 25 ਦੇ ਦਾਂਗੇ 25 ਦੀ ਹਾਂਜੀ ਇਹ ਬਿਲਕੁਲ ਐ ਛੋਟੇ ਛੋਟੇ ਅੱਜ ਤੱਕ ਕਸਰਾਂ ਹੀ ਘਟਤੀਆਂ ਉਹ ਆਪਾਂ ਲਿਆ ਹੀ ਚਲੋ ਰੋਕਣਾ ਲਿਆ ਫਿਰ ਜ਼ਿਆਦਾ ਵੀ ਹੁਣ ਬੱਚੀ ਭਾਵੇਂ 28-30 ਜਿੰਨਾ ਜਾਇਜ਼ ਦਿੱਤਾ ਜਾਵੇ ਉਹਨੇ ਚੰਗਾ ਜਿੰਨੀ ਵੀ ਜਾਇਜ਼ ਪਾਉਂਦੇ ਆ ਭੈਣ ਭਰਾ ਸਭ ਉਹਦੇ ਮਤਲਬ 12-13 ਕਿਲੋ ਦੇਣ ਵਾਲੀ ਨਸਲ ਬਰੀਡ ਵਾਲੀ ਆ ਠੀਕ ਹੈ ਜੀ ਲਓ ਦੋਸਤੋ 25,000 ਦੇ ਵਿੱਚ ਤੁਹਾਨੂੰ ਆਹ ਵੈੜ ਮਿਲ ਜੂਗੀ 6ਵਾਂ ਨੰਬਰ ਆ ਸੋ ਵੈੜ ਤੁਸੀਂ ਦੇਖ ਲਿਆ ਮਗਰ ਵੱਛੀ ਆ ਵੱਛੀਆਂ ਮੈਨੂੰ ਤਾਂ ਵੀ ਜਿਹੜੀਆਂ ਪਹਿਲਾਂ ਵੀ ਤੁਹਾਨੂੰ ਬੱਚੇ ਦਿਖਾਏ ਵੱਛੀਆਂ ਹੀ ਸਾਰੀਆਂ ਸਾਰੀਆਂ ਵੱਛੀਆਂ ਇੱਕੋ ਵੱਛਾ ਹੀ ਚੜਾਈ ਕਰ ਗਿਆ ਵਾਹ ਹਾਂ ਬਿਲਕੁਲ ਬਿਲਕੁਲ ਤੇ ਆ ਗਈ ਆਪਣੇ ਕੋਲ 7ਵੇਂ ਨੰਬਰ ਤੇ ਹਾਂਜੀ ਇਹ ਗੱਬਣ ਇਹ ਵੀ ਜੀ ਸ਼ਾਮ ਮਹੀਨੇ ਦੀ ਗਾਂ ਚੱਕ ਪਾਸ ਆ ਚੈੱਕ ਪਾਸ 6 ਮਹੀਨੇ ਦੀ ਦੁੱਧ ਡਰਾਈ ਹੈ ਆ ਦੁੱਧ ਬੰਦੇ ਛੱਡ ਬੈਠੇ ਆ ਠੀਕ ਹੈ ਜੀ ਚੋਣ ਦੁੱਖੋ ਹੀ ਜਾਂਦੇ ਚੋਣੀ ਪੈਂਦੀ ਤੇ ਅਸੀਂ ਇਹ ਨਾ ਛੱਡ ਕੇ ਸ਼ਾਹੀ ਵਾਲਾ ਚੱਪ ਕਰੋਸ ਜਿਆ ਆਹ ਠੀਕ ਹੈ ਇਹ ਤੁਹਾਡੇ ਚੈਨਲ ਤੇ ਆਈ ਸੰਦੀਪ ਤੋਂ ਆਈ ਵੱਛੀ ਦੱਸਦੇ ਦੁੱਧ 17-18 ਕਿਲੋ ਭਰਦੀ ਰਹੀ ਅੱਛਾ ਅੱਛਾ ਸੱਜਰ ਦਾ ਆ ਸੱਜਰ ਦਾ ਹੁਣ ਤਾਂ ਤੂੰ ਤੋਂ ਡਰਾਈ ਆ ਬਿਲਕੁਲ ਨਹੀਂ ਹੁਣ ਤੂੰ ਆਨੇ ਵੀ ਅਸੀਂ ਆਹ ਵਾਂਡ ਵਾਂਡ ਪਾ ਕੇ ਚੋਣੀ ਪੈਂਦੀ ਤੇ ਨਾ ਵਾਂਡ ਪਾ ਕੇ ਮੁੜ ਕੇ ਛੱਡ ਕੇਤੀ ਆ ਚਲੋ ਥਣਾ ਥਣਾ ਦੀ ਬਾਕੀ ਬਹੁਤ ਸਾਫ ਹਾਂ ਛੱਡੀ ਵੀ ਹੋਣੀ ਥੋੜੇ ਤੇ ਨਹੀਂ ਹੋਏ ਆ 7 ਮਹੀਨੇ ਹੋ ਗਏ ਸ਼ੋਰ ਪੱਕਾ 6 3 ਮੰਥ ਪਏ ਅਜੇ ਸੁਣ ਅੱਛਾ 6 ਮਹੀਨੇ ਲਓ ਵੀ ਦੋਸਤੋ 6 ਮਹੀਨੇ ਕੰਪਲੀਟ ਕੋਈ ਮੰਨ ਕੇ ਸੌਦਾ ਕਰ ਲੇ 3 ਕੁ ਮਹੀਨੇ ਆਈਡੀਆ ਹਜੇ ਪਿਆ ਸੁਣ ਦੇ ਵਿੱਚ ਠੀਕ ਆ ਜੀ ਦੋ ਤੋਂ ਡਰਾਈ ਆ ਅੱਗੇ ਸੂਬਾ ਦੂਜਾ ਸੂਗੀ ਦੂਜੇ ਠੀਕ ਆ
ਲਓ ਜੀ, ਦੂਜਾ ਸੂਆ ਸੂਗੀ, ਬਾਕੀ ਕੋਈ ਵੀਰ ਆਪਦੀ ਥਾਣਾ ਦੀ ਤੁਸੀਂ ਤਸੱਲੀ ਕਰਨੀ ਜਿੱਦਾਂ ਮਰਜ਼ੀ ਤਸੱਲੀ ਕਰਨ, ਕੋਈ ਗੱਲ ਨਹੀਂ, ਹੈ ਵੀ ਸੀ ਆਪਣਾ ਲਿਆ ਕੇ ਤੁਸੀਂ ਜਿਹੜਾ 6 ਮਹੀਨੇ ਆ 6.5 ਆ ਉਹ ਕਨਫਰਮ ਤੁਸੀਂ ਤਸੱਲੀ ਹੋਜੂਗੀ। ਤੇ ਇਹਦਾ ਬਈ ਸਤਨਾਮ ਕੀ ਕਰਦੇ ਗੱਬਣ ਦਾ? ਮੋਲਵੀ ਜੀ ਜੇ ਦੁੱਧ ਤਾਂ ਦਿੰਦੀ ਨਹੀਂ, ਫਿਰ ਤਾਂ 30 ਦੀ ਵੇਚ ਲੈਂਦੇ। ਆਹੋ ਦੁੱਧ ਵੀ ਆਪਾਂ ਦੇ ਦਾਂਗੇ 5,000 ਦੀ ਅੱਜ ਵੀ 5,000 ਦੀ। ਹਾਂ 5,000 ਦੇਖੋ, ਭੈਣ ਭਰਾ ਨੇ ਸਾਹਮਣੇ ਜਦੋਂ ਵੱਛੀ ਦੇ 50 ਵਾਰਦੀ ਆ, ਸੋਨੇ ਵੀ ਟਿਕਾਣੇ ਨੇ। ਹਾਂ ਹਾਂ, ਚਲੋ ਅੱਗੇ ਨੇ ਸਾਹਮਣੇ ਜਦੋਂ ਆਪਾਂ ਰੋਕਣਾ ਲਈ। ਠੀਕ ਆ ਜੀ, ਹਾਂਜੀ ਲਓ ਦੋਸਤੋ, 25,000 ਦੀ ਮਿਲ ਜੂਗੀ, 3 ਕੁ ਮਹੀਨੇ ਵਿੱਚ ਕਾਰ ਹਜੇ ਪਏ ਆ ਸੋਨ ਦੇ, ਬਾਕੀ ਜਿਹੜਾ ਵੀਰ ਚੰਗਾ ਹੱਥ ਹੁੱਥ ਫੇਰ ਲੂਗਾ ਤੇ 25,000 ਦੀ ਜਿਹੜੀ ਦੋਸਤੋ ਇਹ ਬੈਡ ਬਣ ਗਈ ਫੇਰ ਸਾਰੀਆਂ ਕਰਮੀਆਂ ਨੇ ਯਾਰੇ। ਹਾਂ ਸੋਨਾ ਵੀ ਇਹਨੇ ਬਿਲਕੁਲ ਸਿਖਰ ਉੱਥੇ ਕੇ ਜਾਂਦੀ। ਹਾਂਜੀ ਹਾਂਜੀ ਬਿਲਕੁਲ। ਤੇ 25,000 ਦੀ ਆ ਗਈ ਆਪਣੇ ਕੋਲ ਲਾਸਟ ਵਿੱਚ ਬੂਰੀ। ਹਾਂਜੀ ਇਹ ਪਹਿਲਾਂ ਨੂੰ ਸੂਈ ਜੀ, ਮਤਲਬ ਤੋਕੜ ਗੱਬਣੇ ਆ, ਤੋਕੜ ਗੱਬਣ ਇਹਦੇ ਕੋਲ 5 ਕਿਲੋ ਦੁੱਧ, ਜਿਹਦੇ 1.5 ਮਹੀਨੇ ਦੀ ਮਤਲਬ ਗਾਂ ਗੱਬਣ ਹੋਈ ਮੈਂ। ਡੇਢ ਮਹੀਨੇ ਦੀ ਚੈੱਕ ਤਾਂ ਨਹੀਂ ਹੋਈ ਫਿਰ? ਨਹੀਂ ਡੇਢ ਦੀ ਹੋਣੀ, ਜਿਹਦੇ ਕੋਈ ਡਾਕਟਰ ਕਰਦਾ ਹੋਵੇ ਭਾਵੇਂ ਕਰਾ ਲੈਂਦੇ, ਪਰ ਚੈੱਕ ਨਹੀਂ ਹੋਈ। ਅੱਛਾ ਜੀ, ਜੋ ਉਹਨਾਂ ਦੱਸਿਆ ਉਹ ਆਪਾਂ ਦੱਸਿਆ। ਹਾਂ ਹਾਂਜੀ, ਅਤੇ ਦੁੱਧ ਇਹਦੇ ਕੋਲ 5 ਕਿਲੋ ਮਿਲਦੀ ਇੱਦਾਂ ਹੀ ਦੋਵੇਂ ਟਾਈਮ ਇੱਦਾਂ ਹੀ ਸਾਫੀ ਮਤਲਬ ਥੋੜ੍ਹਾ ਬਹੁਤਾ ਪਾਉਣਾ ਜੇ ਕੋਈ ਪਾ ਲਓ, ਉਹਦੇ ਸਾਫੀ ਮਾਰ ਕੇ ਬਹਿ ਜਾਓ, ਮਿੰਟ ਨਹੀਂ ਲਾਉਂਦੀ। ਠੀਕ ਹੈ ਜੀ, ਹਾਂ ਲਓ ਦੋਸਤੋ, ਤੋਕੜ ਗੱਬਣ ਜਿਹੜੀ ਇਹ ਝੋਟੀ ਆ, ਦੂਜਾ ਸੂਆ ਅੱਗੇ ਸੂਗੀ, ਪਹਿਲੇ ਸੂਏ ਦੇ ਵਿੱਚ ਹੁਣ ਚੱਲਦੀ ਆ ਕੋਈ 4-4.5 ਕਿਲੋ ਜਿਹੜਾ ਦੁੱਧ ਇਹਦੇ ਕੋਲ ਹਾਜ਼ਰ ਆ, ਦੋਵੇਂ ਰਿੰਗ ਕੇ ਮਿਲਦੀ ਹੋਈ ਤਾਂ 1.5 ਮਹੀਨੇ ਦੀ ਅੱਗੇ ਬਣੀ ਆ, ਨਵੇਂ ਦੁੱਧ ਰਲੀ ਆ, 1.5 ਮਹੀਨੇ ਦਾ ਸਮਾਂ ਹੋ ਗਿਆ। ਬਾਕੀ ਚੈੱਕ ਪਾਸ ਬੇਸ਼ੱਕ ਨਹੀਂ ਕਰਵਾਈਗੀ, ਪਰ ਫਿਰ ਵੀ ਕੋਈ ਵੇਰ ਆਪਦੀ ਤਸੱਲੀ ਤੁਸੀਂ ਕਰ ਸਕਦੇ ਜੇ, ਠੀਕ ਆ ਜੀ। ਅਤੇ ਹੋ ਸਕਦਾ ਵੀ ਸ਼ੋਰ ਹੋਵੇ ਅਤੇ ਚੈੱਕ ਪਾਸ ਵੀ ਨਿਕਲ ਆਵੇ, ਬਾਕੀ ਚੈੱਕ ਪਾਸ ਨਹੀਂ ਕਰਵਾਏਗੀ ਗਰੰਟੀ ਦੇ ਦਵਾਈ ਦੇ ਦਾਂ ਜਿਹੜੀ ਹੁਣ ਚੈੱਕ ਪਾਸ ਦੀ ਉਹ ਅਗਲਾ ਜੇ ਕੋਈ ਕਰਦਾ ਹੋਵੇ ਡਾਕਟਰ ਆਪਦੀ ਭੈਣ ਭਰਾ ਲਿਆ ਕਰਾ। ਬਿਲਕੁਲ ਨਿਕਲ ਆਊਗੀ ਉਸ ਨਾਲ। ਬਿਲਕੁਲ, ਸੋ ਦੋਸਤੋ ਜਿਹੜਾ ਵੀਰ ਕੋਈ ਤਜਰਬਾ ਰੱਖਦਾ ਵੈਟਨਰੀ ਦੇ ਵਿੱਚ, ਕੋਈ 1.5 ਮਹੀਨੇ ਦੀ ਚੈੱਕ ਕਰ ਲਏ ਅਤੇ ਉਹਦੇ ਵਿਸ਼ਵਾਸ 'ਤੇ ਤੁਸੀਂ ਜਿਹੜਾ ਲੈ ਕੇ ਜਾ ਸਕਦੇ ਜੇ। ਵੈਸੇ 1.5 ਮਹੀਨੇ ਦੀ ਬਣੀ ਹੈਗੀ ਆ ਅਤੇ 4-5 ਕਿਲੋ ਦੁੱਧ ਵੀ ਆ, ਦੋਵੇਂ ਡੰਗ ਮਿਲਦੀ ਪਹਾੜੇ 'ਤੇ, ਇਸੇ ਤਰ੍ਹਾਂ ਇੱਦਾਂ ਹੀ ਮਿਲਦੀ ਦੋਵੇਂ ਖੁਰਲੀ 'ਤੇ ਵੱਜਿਆ, ਮਤਲਬ ਥੋੜ੍ਹਾ ਬਹੁਤਾ ਜੋ ਪਾਉਣਾ ਪਾ ਕੇ ਬਹਿ ਜਾਓ। ਕੋਈ ਓਪਰੀ ਇੱਥੇ ਅੱਗੋਂ ਆਈ, ਇੱਥੇ ਕੋਈ ਕੀਤੀ ਨਹੀਂ, ਉਹ ਮੇਰੇ ਕੋਲ ਨਹੀਂ ਕੀਤੀ ਜੀ, ਉਸੇ ਵੀ ਨਹੀਂ ਸੀ ਅਤੇ ਆਪਣੇ ਕੋਲ ਵੀ ਨਹੀਂ ਕੀਤੀ, ਮਿਲ ਗਈ ਦੋਵੇਂ ਟਾਈਮ ਡਿੰਗ ਡਿੰਗ ਇੱਦਾਂ ਇੱਦਾਂ ਵੀ ਖੁਰਲੀ 'ਤੇ ਇੱਦਾਂ ਹੀ, ਮਤਲਬ ਆਪਾਂ ਜੋ ਵੀ ਆਟੋ ਥੋੜ੍ਹਾ ਬਹੁਤਾ ਪਾ ਕੇ। ਠੀਕ ਆ, ਹਾਂਜੀ ਬਾਈ ਸਤਨਾਮ, ਇਹਦਾ ਕੀ ਕਰਾਂਗੇ ਮੁੱਲ ਫਿਰ? ਮੁੱਲ ਤਾਂ ਵੀਰ ਜੀ 35-36 ਕਰੀ ਜਾਏਗੀ, 32,000 ਦੇ ਦਾਂਗੇ। 32,000? ਹਾਂਜੀ ਠੀਕ ਹੈ ਜੀ। ਹਾਂਜੀ ਲਓ ਦੋਸਤੋ, ਔਂਸਰ ਕੱਟੀਆਂ ਝੋਟੀਆਂ ਆਉਂਦੀਆਂ ਇੰਨੇ ਰੇਟ ਦੇ ਵਿੱਚ, ਬਾਕੀ ਇਹ ਬਰੀਡ ਨੀਲੀ ਦੇ ਵਿੱਚ ਆਉਂਦੀ ਹੈ। ਬਾਕੀ ਕੋਈ 2-4-5 ਕਿਲੋ ਦੁੱਧ ਵੀ ਕਰਮਾਂ ਵਾਲੀ ਹੈਗਾ ਥੱਲੇ, ਕੋਈ ਚਾਹ ਪਾਣੀ ਵੀ ਚੰਗਾ ਚੱਲਦਾ, ਥੋੜਾ ਬਹੁਤਾ ਨਾਲ ਹੱਥ ਹੁੱਥ ਰੱਖ ਕੇ ਦੁੱਧ 5-6 ਕਿਲੋ ਵੀ ਕਰ ਜੀ। ਠੀਕ ਹੈ ਹਾਂਜੀ, ਤੇ ਰੇਟ ਵੀ ਬਿਲਕੁਲ ਜੈਨੂਨ ਆ, ਜਾਇਜ਼ ਰੇਟ ਆ। ਮੈਂ ਪਹਿਲਾਂ ਜ਼ਿਕਰ ਕਰਤਾ ਔਂਸਰ ਕੱਟੀਆਂ ਹੀ ਆਉਂਦੀਆਂ ਦੋਸਤੋ, ਕੋਈ ਸਾਲ ਡੇਢ ਸਾਲ ਦੀ ਕਈ ਕੱਟੀ ਆਪਾਂ ਨੂੰ ਖਰੀਦਣੀ ਪੈਂਦੀ ਹੈ ਬੋਰੀ ਜੇ ਲੈਣੀ ਹੋਵੇ ਤਾਂ ਇੰਨੇ ਰੇਟ 'ਚ। ਅਤੇ ਝੋਟੀ ਆ ਦੁੱਧ ਦਿੰਦੀ ਆ ਕਿ ਰਲੀਏ ਨਵੇਂ ਦੁੱਧ ਵੀ, ਪਰ ਕੋਈ ਵੀਰ ਆਪਦੀ ਤਸੱਲੀ ਕਰਕੇ ਤੁਸੀਂ ਚੈੱਕ ਪਾਸ ਕਰਵਾ ਲਓ। ਬਹੁਤ ਹੀ ਜ਼ਿਆਦਾ ਪੋਲੀ ਤੇ 1 ਨੰਬਰ ਦੀ ਚਵਾਈ ਜਿਸ ਤਰ੍ਹਾਂ ਨਾ, ਮੈਂ ਵੱਡੀਆਂ ਮਹਿੰਗੀਆਂ ਨੂੰ ਪਰੇ ਕਰਦੀ ਚੋਣ। ਠੀਕ ਹੈ ਜੀ, ਠੀਕ ਹੈ। ਅਤੇ ਸਤਨਾਮ ਬਾਈ ਮੁੱਲ ਦੱਸਦਾ, 32 ਦੇ ਦਾਂਗੇ ਜੀ 32 ਦੀ, ਜਦੋਂ ਆਪਾਂ ਰੋਕਣਾ ਝੋਟੀ ਲਈ ਆ, ਮੈਂ ਜੋੜਾ ਲਿਆ ਸੀ, ਬੋਰੀਆਂ ਲਈਆਂ ਸੀ ਦੋਵੇਂ। ਅੱਛਾ, ਦੋਵੇਂ 1 ਘਰੋਂ ਲਈਆਂ, ਅਤੇ ਉਹ ਚਲੋ ਆਪਣੀ ਪੱਟੀ ਦੇ ਬੰਦੇ ਲੈ ਕੇ ਵੇਚਣ ਵਾਲੀ, ਅਤੇ ਆਪਾਂ ਭਾਣਾ ਦੀ ਭਾਣਾ ਦੇ ਦਾਂਗੇ। ਠੀਕ ਹੈ, ਹਾਂਜੀ ਉਹ ਸੂਈ ਸੀ, ਮਤਲਬ 2 ਮਹੀਨੇ ਸੂਈ ਦੇ ਮਗਰ ਬੱਚਾ ਸੀ। ਲਓ ਦੋਸਤੋ, ਬਿਲਕੁਲ ਛੋਟੇ ਛੋਟੇ ਰੇਟ ਸੀਗੇ ਅੱਜ, ਹਰ ਵਾਰ ਛੋਟੇ ਰੇਟ ਹੁੰਦੇ ਆ, ਕਦੀ ਵੱਡੇ ਰੇਟ ਨਹੀਂ ਪਾਏ ਗਏ। 40-45-50-55 ਤੱਕ ਤੁਹਾਨੂੰ ਬੈੜਾਂ ਜਿਹੜੀਆਂ ਮਿਲ ਜਾਂਦੀਆਂ ਨੇ। ਸੋ ਬਾਕੀ ਫਿਰ ਵੀ ਆਪਣੇ ਖਰੀਦਦਾਰ ਵੀਰਾਂ ਦੇ ਅੱਗੇ ਰਿਕੁਐਸਟ ਆ, ਬੇਨਤੀ ਹੁੰਦੀ ਆ ਵੀ ਅੱਗੋਂ ਵਪਾਰ ਦਾ ਕੰਮ ਆਪਦੀ ਤਸੱਲੀ ਕਰਕੇ ਲੈ ਕੇ ਆਉਂਦੇ ਆ। ਅੱਗੋਂ ਕੋਈ ਵੀਰ ਖਰੀਦਦਾਰ ਆਵੇ, ਔਨਲਾਈਨ ਸੌਦੇ ਤੋਂ ਪਰਹੇਜ਼ ਕੀਤਾ ਜਾਵੇ, ਮੈਂ ਹਰ ਵਾਰੀ ਕਹਿੰਦਾ। ਬਾਕੀ ਇੱਥੇ ਆਣ ਕੇ ਆਪਦੀ ਤਸੱਲੀ ਆ, 1 ਡੰਗ ਚੋਗੇ 2 ਡੰਗ ਚੋਗੇ ਤਸੱਲੀ ਤੁਸੀਂ ਕਰਨੀ ਆ, ਤਸੱਲੀ ਪੂਰੀ ਕਰਕੇ ਆਪਦਾ ਪਸ਼ੂ ਖਰੀਦ ਕੇ ਤੁਸੀਂ ਲੈ ਕੇ ਜਾ ਸਕਦੇ ਜੀ। ਫਿਲਹਾਲ ਅੱਜ ਜਿਹੜੇ ਆਪਣੇ 8 ਪਸ਼ੂ ਦਿਖਾਉਣੇ ਸੀ ਵੀਰ ਸਤਨਾਮ ਸਿੰਘ ਦੇ ਘਰੋਂ, ਅਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ, ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਨਵੇਂ ਨਾਗ ਆਉਂਦੇ ਆ, ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ। ਨੰਬਰ ਆਪਾਂ ਲੈ ਲੈਂਦੇ ਹਾਂ ਵੀਰ ਸਤਨਾਮ, ਨੰਬਰ ਆਪਣਾ ਵੀਰ ਜੀ 94-655 69-956, ਪਿੰਡ ਕੈਰੋਂ, ਤਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਿੰਘ। ਠੀਕ ਹੈ ਜੀ, ਹਾਂਜੀ ਮੇਨ ਆਪਣੀ ਗ੍ਰੈਂਡ ਕੈਰੋਂ ਦੀ ਨਿਸ਼ਾਨੀ ਪੱਕੀ ਹੈ ਜੀ। ਠੀਕ ਹੈ ਜੀ, ਹਾਂਜੀ
ਲੈ ਵੀ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਵਿੱਚ ਇੰਨਾ ਸੀਗਾ ਅਤੇ ਇਹ ਪਸ਼ੂ ਸੀਗੇ ਇਕੱਲੇ ਇਕੱਲੇ ਨਗਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।